ਸਾਹਿਬ ਜੀਓ ਕੋਟ ਪਰਾਦ ਹਮਾਰੀ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮੱਤ ਠੋਰੀ ਤੁਮ ਆਪਨ ਬਿਰਦ ਰਖਾਵੋ ਹਮ ਅਗਿਆਨ ਅਲਪ ਮੱਤ ਠੋਰੀ ਤੁਮ ਆਪਨ ਬਿਰਦ ਰਖਾਵੋ ਗੁਰੂ ਸਵਾਰੀਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਇਤਿਹਾਸ ਦੀ ਲੜੀ ਵਿੱਚ ਆਪਾਂ ਅਨੰਦਪੁਰ ਸਾਹਿਬ ਦੇ ਸਹਿਬਜ਼ਾਦਿਆਂ ਦੇ ਕੌਤਕਾਂ ਦਾ ਜ਼ਿਕਰ ਕੀਤਾ ਸੀ ਸਾਲਮਾਨੀ ਕਈ ਤਰੀਕਿਆਂ ਨਾਲ ਜੰਗ ਲੜਨੇ ਚਾਹੀਏ ਕਦੇ ਹੁਸੈਨ ਖਾਨ ਆਇਆ ਅਲਫ ਖਾਨ ਆਇਆ ਮੀਰ ਖਾਨ ਆਇਆ ਅਜਮੇਰ ਚੰਦ ਨੇ ਜੰਗ ਲੜੇ ਕਿਰਪਾਲ ਚੰਦ ਕਟੋਚੀਆ ਜਾਂ ਇਹੋ ਜੇ ਕੇਸਰੀ ਚੰਦ ਬਹੁਤਾਂ ਨੇ ਜ਼ੋਰ ਲਾਇਆ ਪਰ ਹਰ ਵਾਰੀ ਜਿੱਤ ਜਿਹੜੀ ਹੈ ਉਹ ਗੁਰੂ ਘਰ ਦੀ ਹੁੰਦੀ ਰਹੀ ਸਮਾਪਾ ਕੇ ਯਾਦ ਰੱਖਿਓ ਜੇ ਜੰਗ ਦੇ ਮੈਦਾਨ ਵਿੱਚ ਤਿੰਨ ਚੀਜ਼ਾਂ ਆਮ ਵਰਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਵਿਚਾਰ ਫਿਰ ਹਥਿਆਰ ਤੇ ਜਿਹੜੇ ਦੋਨੇ ਗੱਲਾਂ ਚ ਕੰਮ ਜਾ ਬਣਾ ਹੁਣ ਤੀਜਾ ਮਕਾਰ ਹੁਣ ਉਹ ਮਕਾਰੀ ਤੇ ਉੱਤਰ ਆਏ ਨੇ ਕੀ ਕੀਤਾ ਮਕਾਰੀ ਤੇ ਉੱਤਰ ਜਾਨੇ ਉਹਨਾਂ ਨੇ ਜਿੱਲੀ ਤੋਂ ਵੀ ਸਹਿਯਾ ਲਈ ਪਹਾੜੀ ਰਾਜਿਆਂ ਦੀ ਫੌਜ ਵੀ ਇਕੱਠੀ ਕਰ ਲਈ ਯਾਦ ਰੱਖਿਓ ਉਹਨਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਨਾਲ ਲੈ ਲਿਆ ਮਲੇਰ ਕੋਟਲੇ ਦੇ ਨਵਾਬਾ ਨੂੰ ਨਾਲ ਲੈ ਲਿਆ ਬਹੁਤਾਂ ਗਿਣਤੀ ਵਿੱਚ ਫੌਜ ਇਕੱਠੀ ਕਰਕੇ ਆਨੰਦਪੁਰ ਸਹਿਬ ਦੀ ਧਰਤੀ ਨੂੰ ਘੇਰਾ ਪਾ ਲਿਆ ਮੈਂ ਇੱਕ ਪਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਫਿਰ ਆਪਣੀ ਗੱਲਬਾਤ ਚੱਲਾਂਗੇ ਪਿਆਰ ਵਾਲਿਓ ਆਨੰਦਪੁਰ ਸਹਿਬ ਦੀ ਧਰਤੀ ਇੱਕ ਆਪਣਾ ਵਿਲਖਣ ਸਥਾਨ ਦਾ ਨਾਂ ਰੱਖਦੀ ਹੈ ਅਨੰਦਪੁਰ ਸੇਵਜੀ ਧਰਤੀ ਉਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਸਾਈ ਅਨੰਦਪੁਰ ਸੇਵਜੀ ਧਰਤੀ ਉਹ ਹੈ ਜਿੱਥੋਂ ਗੁਰੂ ਦੇ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੈ ਅਨੰਦਪੁਰ ਸੇਵਜੀ ਧਰਤੀ ਉਹ ਹੈ ਜਿਹੜੀ ਦੂਜਿਆਂ ਦੇ ਧਰਮ ਬਚਾਉਣ ਵਾਸਤੇ ਮਤੇ ਪਾਸ ਕਰਦੀ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿਹੜੀ ਦੁਸ਼ਮਣਾਂ ਨੂੰ ਵੀ ਭਾਈ ਕਨੇ ਜੇ ਦੇ ਰੂਪ ਚ ਪਾਣੀ ਪਿਲਾਉਂਦੀ ਹੈ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿਹੜੀ ਸਿੰਘ ਖਿਤਾਬ ਬਖਸ਼ਿਸ਼ ਕਰਦੀ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿੱਥੇ ਪੰਜ ਪਿਆਰੇ ਸਾਜੇ ਜਾਂਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿੱਥੇ ਮਾਤਾ ਜੀਤਾਂ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਉਹ ਹੈ ਜਿੱਥੇ ਭਾਈ ਜੇਟੇ ਨੂੰ ਗਲੇ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਯਾਦਾਂ ਦਾ ਦਰਜਾ ਦਿੱਤਾ ਜਾਂਦਾ ਕਿੰਨੀਆਂ ਹੀ ਯਾਦਾਂ ਨੇ ਜਿਹੜੀਆਂ ਆਨੰਦ ਪਰਸੇਵ ਦੀ ਧਰਤੀ ਨਾਲ ਜੁੜੀਆਂ ਹੋਈਆਂ ਨੇ ਉਸ ਧਰਤੀ ਨੂੰ ਚਾਰੇ ਪਾਸਿਆਂ ਤੋਂ ਜਲਮਾਨੇ ਘੇਰਾ ਪਾ ਲਿਆ ਯਾਦ ਰੱਖਿਓ ਘੇਰਾ ਐਡਾ ਸਖਤ ਹੈ ਮਈ ਦੇ ਮਹੀਨੇ ਦਾ ਘੇਰਾ ਪਾਇਆ ਦਸੰਬਰ ਮਹੀਨਾ ਆ ਗਿਆ 7 ਮਹੀਨੇ ਘੇਰਾ ਪਾ ਕੇ ਰੱਖਿਆ ਜਦੋਂ ਆਈ ਸੀ ਕਿਹੜਾ ਪਾਉਣ ਉਦੋਂ ਮਈ ਦਾ ਮਹੀਨਾ ਗਰਮੀ ਸੀ ਤੁਸੀਂ ਸਮਝਦੇ ਹੋ ਸਾਰੇ ਗਰਮੀ ਦਾ ਸਮਾਨ ਲੈ ਕੇ ਆਈਆਂ ਸਨ ਫੌਜਾਂ ਤੇ ਗਰਮੀ ਦੇ ਮਹੀਨੇ ਤੋਂ ਘੇਰਾ ਪਾਇਆ ਹੈਰਾਨੀ ਦੀ ਗੱਲ ਇਹ ਹੈ ਬਾਹਰੋਂ ਇੱਕ ਦਾਣਾ ਵੀ ਅਨਾਜ ਦਾ ਅੰਦਰ ਨਹੀਂ ਜਾਣ ਦਿੰਦੇ ਬਾਹਰੋਂ ਕੁਝ ਵੀ ਸਹਜਾ ਜਿਹੜੀ ਅੰਦਰ ਨਹੀਂ ਜਾਣ ਦਿੰਦੇ ਧੰਨ ਨੇ ਗੁਰੂ ਕੇ ਸਿੱਖ ਪਿਆਰਿਓ ਮੈਂ ਮੰਨਦਾ 7 ਮਹੀਨਿਆਂ ਦੇ ਵਿੱਚ ਉਹਨਾਂ ਕੋਲ 3 ਮਹੀਨੇ ਦਾ ਰਸਣ ਹੋਏਗਾ 4 ਮਹੀਨੇ ਦਾ ਰਸਣ ਹੋਏਗਾ ਉਹ 4 ਮਹੀਨੇ ਦੇ ਰਾਸ਼ਨ ਨੂੰ 5 ਮਹੀਨੇ ਚਲਾ ਲਿਆ ਹੋਵੇਗਾ ਪਾ 5.5 ਮਹੀਨੇ ਚਲਾ ਲਿਆ ਹੋਵੇਗਾ ਕਦੇ ਅਹਿਸਾਸ ਕਰਕੇ ਦੇਖੋ ਇੱਕ ਦਿਨ ਰੋਟੀ ਨਾ ਨਾ ਸਾਨੂੰ ਮਿਲੇ ਰਾਹ ਚ ਫੋਨ ਕਰਨ ਲੱਗ ਪੈਣੇ ਆ ਘਰੇ ਪ੍ਰਸ਼ਾਦਾ ਬਣਾ ਦਿਓ ਮੈਂ ਅੱਜ ਸਾਰੀ ਦਿਹਾੜੀ ਰੋਟੀ ਨਹੀਂ ਖਾਧੀ ਅਸੀਂ ਚੇਤੇ ਰੱਖੀਏ ਉਹ ਇਤਿਹਾਸ ਦੇ ਪੰਨਿਆਂ ਨੂੰ ਸਾਡੇ ਬੱਚੇ ਕਿਸੇ ਕਾਰਨ ਕਰਕੇ ਡਾਕਟਰ ਮਨਾਂ ਕਰ ਦੇਵੇ ਇਨੂੰ ਇੱਕ ਦਿਨ ਰੋਟੀ ਨਹੀਂ ਦੇਣੀ ਮਾਂ ਤਰਫ ਜਾਂਦੀ ਐ ਬਾਪ ਤਰਫ ਜਾਂਦਾ ਮੈਂ ਬੇਨਤੀ ਕਰਾਂ ਗੁਰੂ ਕਲਗੀ ਸਰਪਾਤਛਾ ਤੇਰੇ ਕੋਲ ਤੇਰੇ ਨਿਕੜੇ ਨਿਕੜੇ ਬੱਚੇ ਫਿਰਦੇ ਹੋਣਗੇ ਬਾਪੂ ਦਾ ਫਰਜ਼ ਆਪਣੇ ਬੱਚਿਆਂ ਨੂੰ ਰੱਜ ਕੇ ਰੋਟੀ ਦੇਵੇ ਤੈਨੂੰ ਆਪਣੇ ਬੱਚਿਆਂ ਵੱਲ ਵੇਖ ਕੇ ਵੀ ਤਰਸ ਨਹੀਂ ਸੀ ਹੁੰਦਾ ਕਿੱਡਾ ਕ ਜਿਗਰਾ ਹੋਵੇਗਾ ਤੇਰਾ ਦਾਤਿਆ ਕਿੱਡਾ ਕ ਦਿਲ ਹੋਵੇਗਾ ਤੇਰਾ ਦਾਤਿਆ ਤੇਰੇ ਬੱਚਿਆਂ ਦੀ ਭੁੱਖ ਨੇ ਮਜਬੂਰ ਨਹੀਂ ਕੀਤਾ ਮੈਂ ਜ਼ਿੰਦਗੀ ਦੇ ਫੈਸਲੇ ਕਰਨਾ ਨਹੀਂ ਅਡੋਲਤਾ ਬਣੀ ਰਹੀ ਚੇਤੇ ਰੱਖਿਓ ਜੇ 7 ਮਹੀਨਿਆਂ ਦੇ ਘੇਰੇ ਵਿੱਚੋਂ ਉਸ ਵੇਲੇ ਰਹਿਮਤ ਵਰਸੀ ਦਾਤੇ ਦੀ ਸਬਰ ਨਾਲ ਜਿਉਣ ਵਾਲੇ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਪੀ ਤੁਜੈ ਤਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਮਾਲਕ ਦੇ ਚਰਨਾਂ ਵਿੱਚ ਜੁੜਨ ਵਾਲੇ ਸਬਰ ਸੰਤੋਖ ਨਾਲ ਜਿਉਣ ਵਾਲੇ 7 ਮਹੀਨੇ ਲੰਘ ਗਏ ਪ੍ਰਸਾਦੀ ਹਾਥੀ ਚੜਾਈ ਕਰ ਗਏ ਆ ਘੋੜੇ ਚੜਾਈ ਕਰ ਗਏ ਵਿੱਚੋਂ ਕੁਝ ਸਿੰਘ ਵੀ ਚੜਾਈ ਕਰ ਗਏ ਪਰ ਚੇਤੇ ਰੱਖਿਓ ਅਡੋਲਤਾ ਉਮੀ ਬਣੀ ਹੋਈ ਹੈ ਤਰਫਣਾ ਤਾਂ ਅੰਦਰ ਵਾਲਿਆਂ ਨੂੰ ਚਾਹੀਦਾ ਸੀ ਤੇ ਖਰਾਨੀ ਦੀ ਗੱਲ ਤਰਫ ਬਾਹਰ ਵਾਲੇ ਰਹੇ ਨੇ ਬਾਹਰ ਵਾਲਿਆਂ ਨੇ ਜਦੋਂ ਵੇਖਿਆ ਹਥਿਆਰ ਵੀ ਚਲਾ ਕੇ ਵੇਖ ਲਏ ਵਿਚਾਰੋਂ ਵੀ ਕਰਕੇ ਵੇਖ ਲਈਆਂ ਪਰ ਸਾਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਮਕਾਰੀ ਵੀ ਕਰਕੇ ਵੇਖ ਲਈ ਇਹਨਾਂ ਦਾ ਅਨਪ੍ਰਸ਼ਾਦਾ ਪਾਣੀ ਵੀ ਬੰਦ ਕਰ ਦਿੱਤਾ ਉਹ ਜਿਹੜਾ ਬਾਹਰੋਂ ਆਇਆਂ ਨੂੰ ਸੱਚੇ ਸਬਦੇ ਕਰਦਾ ਸੀ ਜਿਹੜਾ ਭੁੱਖਿਆਂ ਨੂੰ ਪ੍ਰਸ਼ਾਦਾ ਸ਼ਕਾਉਂਦਾ ਸੀ ਅੱਜ ਉਹਨਾਂ ਨੂੰ ਇਹ ਭੁੱਖਾ ਰੱਖਿਆ ਜਾ ਰਿਹਾ ਅਰੋਲ ਨਹੀਂ ਬਿਲਕੁਲ ਬਾਹਰ ਵਾਲਿਆਂ ਨੇ ਵਿਚਾਰ ਬਣਾਈ ਗੁਰੂ ਦੇ ਕੋਲ ਇੱਕ ਕੁਰਾਨ ਮਜੀਦ ਪਵਿੱਤਰ ਕੁਰਾਨ ਸ਼ਰੀਫ ਉਹਦਾ ਇੱਕ ਸ਼ਬਦ ਲਿਖ ਕੇ ਆਇਤ ਲਿਖ ਕੇ ਉਹਦੇ ਥੱਲੇ ਸਾਇਨ ਕਰਕੇ ਕਸ਼ਮ ਖਾਦੀ ਅਸੀਂ ਕੁਰਾਨ ਮਜੀਦ ਦੀ ਕਸਮ ਖਾਨੇ ਆ ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਨੂੰ ਛੱਡ ਜਾਓ ਤੁਹਾਡੇ ਬਾਪੂ ਦਾ ਵਸਾਇਆ ਹੋਇਆ ਅਸੀਂ ਹਾਕਮਾਂ ਨੂੰ ਮੂੰਹ ਦਿਖਾਉਣ ਜੋਗੇ ਹੋ ਜਾਾਂਗੇ ਭਈ ਅਸੀਂ ਗੁਰੂ ਕੋਲੋਂ ਖਾਲੀ ਕਰਵਾ ਲਿਆ ਅਨੰਦਪੁਰ ਸਾਹਿਬ ਤੇ ਫਿਰ ਅਸੀਂ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਤੁਸੀਂ ਆ ਕੇ ਵਾਪਸ ਰਹਿ ਲੈਣਾ ਪਹਾੜੀ ਰਾਜਿਆਂ ਨੇ ਥਾਲੀ ਦੇ ਵਿੱਚ ਗਾਂ ਬਣਾ ਕੇ ਉਹਦੇ ਨਾਲ ਇੱਕ ਚਿੱਠੀ ਭੇਜੀ ਇਹ ਗਾਂ ਨਹੀਂ ਹੈ ਇਹ ਆਟੇ ਦੀ ਗਾਂ ਨਹੀਂ ਹੈ ਇਹ ਸਾਡੀ ਮਾਂ ਹੈ ਅਸੀਂ ਮਾਂ ਦੀ ਕਸਮ ਖਾ ਕੇ ਕਹਿੰਦੇ ਆ ਸਾਨੂੰ ਇੱਕ ਵਾਰੀ ਮੂੰਹ ਦਿਖਾਉਣ ਜੋਗੇ ਛੱਡ ਦਿਓ ਆਨੰਦਪੁਰ ਸਾਹਿਬ ਨੂੰ ਛੱਡ ਜਾਓ ਤੇ ਮੁੜ ਕੇ ਆ ਕੇ ਰਹਿ ਜਾਣਾ ਪਰ ਅਸੀਂ ਆਪਣੀ ਪ੍ਰਗਟਾਵਾ ਕਰ ਸਕੀਏ ਵੀ ਅਸੀਂ ਇੰਨੇ ਲੰਮੇ ਘੇਰੇ ਦੇ ਵਿੱਚੋਂ ਸਾਡੀ ਪ੍ਰਾਪਤੀ ਕੀ ਹੈ ਭਈ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਤੋਂ ਖਾਲੀ ਕਰਵਾ ਲਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਵਿਚਾਰ ਬਣਾਈ ਸਾਰੇ ਸਿੰਘਾਂ ਨਾਲ ਬੈਠ ਕੇ ਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਵਿੱਚ ਫੈਸਲਾ ਹੋਇਆ ਸਿੰਘੋ ਅੱਜ ਆਪਾਂ ਅਨੰਦਪੁਰ ਸਾਹਿਬ ਨੂੰ ਛੱਡ ਜਾਣਾ ਹੈ ਸਿੰਘਾਂ ਬਚਨ ਆਖੇ ਪਾਤਸ਼ਾਹ ਮੀ ਪੈਰੇ ਕਹਿ ਰਾਂਦਾ ਸ਼ਿਆਲ ਦੀ ਕਾਲੀ ਬੋਲੀ ਰਾਤ ਹੈ ਤੇ ਅੱਜ ਹੀ ਕਿਉਂ ਛੱਡ ਜਾਣਾ ਜਿੱਤੇ ਨਾ ਵਕਤ ਕੱਟਿਆ ਇੱਕ ਅੱਧਾ ਦਿਨ ਹੋਰ ਸਹਿਬ ਕਹਿੰਦੇ ਨਹੀਂ ਪਰਿਓ ਕਹਿ ਲੱਗੇ ਕਿਉਂ ਕਹਿਣ ਲੱਗੇ ਕਦੇ ਮੈਂ ਧਾਰਮਿਕ ਚਿੰਨਾਂ ਦੀ ਖਾਤਰ ਇੱਥੋਂ ਹੀ ਆਪਣੇ ਬਾਪੂ ਨੂੰ ਭੇਜਿਆ ਸੀ ਕਸ਼ਮੀਰੀ ਪੰਡਤ ਆਪਣੇ ਤਿਲਕ ਦਾ ਆਪਣੇ ਜੰਝੂ ਦਾ ਵਾਸਤਾ ਪਾਉਂਦੇ ਸੀ ਨਾ ਉਹ ਧਾਰਮਿਕ ਚਿੰਨਾਂ ਦਾ ਵਾਸਤਾ ਹੀ ਪਾਉਂਦੇ ਸੀ ਅੱਜ ਇਹਨਾਂ ਨੇ ਫਿਰ ਧਾਰਮਿਕ ਚਿੰਨ ਭੇਜੇ ਨੇ ਕੁਰਾਨ ਮਜੀਦ ਅਤੇ ਆਟੇ ਦੀ ਗਾਂ ਬਣਾ ਕੇ ਸਾਨੂੰ ਨਹੀਂ ਇਹਨਾਂ ਨਾਲ ਵਾਸਤਾ ਪਰ ਇਹਨਾਂ ਦੇ ਧਾਰਮਿਕ ਚਿੰਨ ਨੇ ਮੈਂ ਇਤੋਂ ਆਪਣੇ ਸਿੱਖ ਦੇ ਗਲ ਵਿੱਚ ਧਾਰਮਿਕ ਚਿੰਨ੍ਹ ਪਾਏ ਨੇ ਜੇ ਅੱਜ ਆਪਾਂ ਧਾਰਮਿਕ ਚਿੰਨ੍ਹਾਂ ਦੀ ਕਦਰ ਨਹੀਂ ਕਰਾਂਗੇ ਤੇ ਹੋਰ ਕੌਣ ਕਰੇਗਾ ਇਸ ਲਈ ਮੈਨੂੰ ਪਤਾ ਹੈ ਮਕਾਰੀਆਂ ਕਰਦੇ ਨੇ ਪਰ ਮੈਂ ਛੱਡ ਜਾਵਾਂਗਾ ਪਿਆਰ ਵਾਲਿਓ ਸਾਡੇ ਘਰ 'ਚ ਕੋਈ ਨਿੱਕੀ ਜਿਹੀ ਚੀਜ਼ ਹੋਵੇ ਨਾ ਉਹਨੂੰ ਤਿਆਗਣ ਦਾ ਮੌਕਾ ਆਵੇ ਤੇ ਕਿਵੇਂ ਮਨ ਦਾ ਮਡੋਲ ਹੁੰਦਾ ਹੈ ਉਹ ਸਤਿਗੁਰੂ ਇਹ ਧਰਤੀ ਨਾਲ ਤੇਰਾ ਬੀਤਿਆ ਜੀਵਨ ਦਾ ਬਹੁਤਾ ਸਮਾਂ ਕਿੰਨੀਆਂ ਯਾਦਾਂ ਤੇਰੀਆਂ ਇਸ ਅਨੰਦ ਪਰਸਵ ਦੀ ਧਰਤੀ ਤੇ ਨੇ ਉਹ ਦਾਤਿਆ ਮੈਂ ਪੁੱਛਣਾ ਚਾਹੁੰਨਾ ਜਦੋਂ ਤੂੰ ਛੱਡਣ ਦਾ ਮਨ ਬਣਾਇਆ ਤੇਰੇ ਮਨ 'ਚ ਇੱਕ ਵਾਰੀ ਵੀ ਖਿਆਲ ਨਾ ਆਇਆ ਸਤਿਗੁਰum ਬਚਨ ਆਖੇ ਕਹਿਣ ਲੱਗੇ ਅੱਜ ਭਾਈ ਚਲੇ ਜਾਣਾ ਅਤੀ ਕੁ ਰਾਤ ਦਾ ਵਕਤ ਹੁੰਦਾ ਹੈ ਹਜ਼ੂਰ ਸੱਤੀ ਪਾਤਸ਼ਾਹ ਨੇ ਕਿ ਤਿੱਖੀ ਤਕਰੀਰ ਕੀਤੀ ਸਾਰਿਆਂ ਨੂੰ ਵੰਡ ਕੇ ਹਥਿਆਰ ਦੇ ਦਿੱਤੇ ਜਿਤਨੀ ਕੋ ਕੋਲ ਮਾਇਆ ਸੀ ਉਹ ਸਾਰਿਆਂ ਨੂੰ ਵੰਡ ਕੇ ਦੇ ਦਿੱਤੀ ਜਥੇ ਬਣਾ ਲਏ ਭਾਈ ਬਚਿੱਤਰ ਸਿੰਘ ਦੀ ਅਗਵਾਈ ਵਿੱਚ ਭਾਈ ਜੀਵਨ ਸਿੰਘ ਦੀ ਅਗਵਾਈ ਵਿੱਚ ਬਾਬਾ ਅਜੀਤ ਸਿੰਘ ਦੀ ਅਗਵਾਈ ਵਿੱਚ ਭਾਈ ਮਨੀ ਸਿੰਘ ਦੀ ਅਗਵਾਈ ਵਿੱਚ ਜਥੇ ਬਣਾ ਦਿੱਤੇ ਜਿੱਥੇ ਤੋਂ ਉੱਥੋਂ ਨਿਕਲਣ ਲੱਗੇ ਨੇ ਖਰਾਨੀ ਦੀ ਗੱਲ ਐ ਦੋ ਸਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗੁਰੂ ਦੇ ਸੱਜੇ ਖਬੇ ਖਲੋਤੇ ਨੇ ਦੋ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਗੁਰੂ ਦੇ ਸਾਹਮਣੇ ਖਲੋਤੇ ਨੇ ਗੁਰੂ ਨੇ ਦੋਨਾਂ ਦੀਆਂ ਬਾਹਾਂ ਪਕੜੀਆਂ ਮੈਂ ਗੁੱਜਰ ਘਰ ਕੋਲੇ ਗਏ ਕਹਿਣ ਲੱਗੇ ਮਾਂ ਅੱਜ ਤੇਰੇ ਚਰਨ ਵਿੱਚ ਮੈਂ ਬੇਨਤੀ ਕਰਨੈ ਕਦੇ ਮੇਰੀ ਘਰ ਵਾਲੀ ਜੀਤਾ ਤੇਰੀ ਝੋਲੀ ਵਿੱਚ ਪਾ ਕੇ ਜਾਂਦੀ ਹੋਈ ਇਹ ਗੱਲ ਕਹੇਗੀ ਸੀ ਮਾਂ ਇਹਨਾਂ ਨੂੰ ਸੰਭਾਲ ਲਮੀ ਇਹਨਾਂ ਨੂੰ ਪਾਲ ਲਮੀ ਅੱਜ ਮੈਂ ਵੀ ਮਾਂ ਤੈਨੂੰ ਕਹਿਣ ਲੱਗਾ ਬੱਚੇ ਛੋਟੇ ਨੇ ਰਸਤਾ ਬਿਖੜਾਏ ਮੰਜ਼ਲਾਂ ਕਹਿਰ ਵਾਲੀਆਂ ਨੇ ਮਾਂ ਵਾਦਾ ਕਰ ਤੂੰ ਇਹਨਾਂ ਨੂੰ ਸੰਭਾਲ ਲਮੀ ਮਾਨੇ ਤਨੇ ਪੁੱਤਰਿਆ ਨੂੰ ਚੁੱਕ ਕੇ ਸੀਨੇ ਨਾਲ ਲਾਇਆ ਕਹਿਣ ਲੱਗੀ ਪੁੱਤ ਵੇ ਮੈਂ ਵਾਦਾ ਕਰਨੀ ਐ ਇਹ ਤੇ ਤੈਨੂੰ ਸ਼ਾਇਦ ਸਨੇਹਾ ਨਾ ਦੇ ਸਕਾਂ ਤੇਰੇ ਪੁੱਤ ਵਾਪਸ ਆ ਗਏ ਪਰ ਇਹ ਸਨੇਹਾ ਜ਼ਰੂਰ ਦੇ ਦਿਆਂਗੀ ਤੇਰੇ ਪੁੱਤਾਂ ਨੇ ਕਿਤੇ ਸ਼ਿਦਕ ਨਹੀਂ ਹਾਰਿਆ ਤੇਰੇ ਪੁੱਤ ਤੇਰੇ ਬੱਚਿਆਂ ਨੇ ਕਦੇ ਜੀਵਨ ਵਿੱਚ ਟੋਲੇ ਨਹੀਂ ਆਨੰਦ ਪਰਸਾਹਬ ਜੀ ਧਰਤੀ ਨੂੰ ਛੱਡ ਦਿੱਤਾ ਨਿਕਲ ਕੇ ਆ ਗਏ ਅੱਗੇ ਆਏ ਤੇ ਅੱਗੇ ਸਰਸਾ ਨਦੀ ਪੜੀ ਚੜੀ ਹੋਈ ਹੈ ਜਦੋਂ ਪਤਾ ਲੱਗਿਆ ਜ਼ਾਲਮਾਂ ਦੀ ਫੌਜ ਪਿੱਛੇ ਪਿੱਛਾ ਕਰਨ ਲੱਗ ਪਈ ਚੇਤੇ ਰੱਖਿਓ ਸਤਗੁਰੂ ਜੀ ਨੇ ਭਾਈ ਉਦੇਸ਼ ਸਿੰਘ ਭਾਈ ਮਨੀ ਸਿੰਘ ਦਾ ਪੁੱਤ ਰਹੇ ਬੜੀਆਂ ਸ਼ਹਾਦਤਾਂ ਨੇ ਇਸ ਪਰਵਾਰ ਦੀਆਂ ਭਾਈ ਉਹਦੇ ਸਿੰਘ ਨੂੰ ਸ਼ਾਹੀ ਟਿੱਬੀ ਦੇ ਉੱਤੇ ਲਾਇਆ ਤੂੰ ਜੁੱਜਣਾ ਹੈ ਆਉਂਦੇ ਹਾਕਮਾਂ ਨੂੰ ਰੋਕਣਾ ਹੈ ਜਾਨਮਨ ਨੂੰ ਰੋਕਣਾ ਹੈ ਭਾਈ ਉਹਦੇ ਸਿੰਘ ਬੜਾ ਡਟ ਕੇ ਲੜਿਆ ਨਾਲ ਦੇ ਸਿੰਘ ਸ਼ਹੀਦ ਹੋ ਗਏ ਭਾਈ ਉਹਦੇ ਸਿੰਘ ਵੀ ਸ਼ਹੀਦ ਹੋ ਗਿਆ ਚੇਤੇ ਰੱਖਿਓ ਭਾਈ ਉਹਦੇ ਸਿੰਘ ਜਦੋਂ ਸ਼ਹੀਦ ਹੁੰਦਾ ਕੁਝ ਸਮੇਂ ਤੋਂ ਉਹਦਾ ਹੀ ਉੱਥੇ ਸ਼ਹਾਦਤ ਤੋਂ ਮਗਰੋਂ ਅੱਗੇ ਸਿੰਘ ਚਲੇ ਗਏ ਤੇ ਅੱਗੇ ਗਏ ਤੇ ਸਰਸਾ ਨਦੀ ਪਾਰ ਕਰਦੇ ਨੇ ਸਰਸਾ ਨਦੀ ਦੇ ਕੋਲ ਪਰਿਵਾਰ ਵਿਛੋੜਾ ਗੁਰੂ ਘਰ ਬਣਿਆ ਹੋਇਆ ਹੈ ਕਦੇ ਵਕਤ ਮਿਲਿਆ ਲੈ ਕੇ ਜਾਏ ਉਹ ਆਪਣੇ ਪਰਿਵਾਰ ਨੂੰ ਪਰਿਵਾਰ ਵਿਛੋੜੇ ਦੇ ਕੋਲ ਉਸ ਥਾਂ ਦੇ ਉੱਤੋਂ ਪਰਿਵਾਰ ਵਿਛੜ ਗਿਆ ਇੱਕ ਜਥਾ ਕੁਝ ਸਿੰਘ ਗੁਰੂ ਗੋਮਰ ਸਿੰਘ ਜੀ ਦੇ ਨਾਲ ਸਹਿਬਜ਼ਾਦੇ ਤੇ ਪੰਜ ਪਿਆਰੇ ਉਹ ਇੱਕ ਜੱਥਾ ਬਣ ਗਿਆ ਮਾਤਾਮਾ ਅਤੇ ਭਾਈ ਮਨੀ ਸਿੰਘ ਮਾਤਾ ਸਪਕੀ ਉਹ ਵੀ ਇਸ ਜੰਗ ਚ ਸ਼ਹੀਦ ਹੋ ਜਾਂਦੀ ਭਾਵੇਂ ਪਰ ਭਾਈ ਡੋਨਾ ਸਿੰਘ ਇਹ ਮਾਂ ਗੁਜਰਕੌਰ ਦੇ ਨਾਲ ਤੇ ਨਾਲ ਭਾਈ ਮਨੀ ਸਿੰਘ ਤੇ ਮਾਤਾਮਾ ਉਹ ਇੱਕ ਜੱਥਾ ਵੱਖਰਾ ਬਣ ਗਿਆ ਵੱਖੋ ਵੱਖਰੇ ਪਾਰ ਲੰਘੇ ਕੁਝ ਸਰਸਾ ਨਦੀ ਦੇ ਕਿਨਾਰੇ ਉਸ ਜੰਗ ਦੇ ਮੈਦਾਨ ਵਿੱਚ ਤੇ ਕੁਝ ਪਾਣੀ ਵਿੱਚ ਵੀ ਸ਼ਹਾਦਤ ਦਾ ਜਾਮ ਪੀ ਗਏ ਇਸ ਕਿਨਾਰੇ ਉੱਤੇ ਭਾਈ ਜੀਵਨ ਸਿੰਘ ਬਾਬਾ ਜੈਤਾ ਜੀ ਮਹਾਨ ਕੁਰਬਾਨੀ ਹੈ ਜਿਹਦੀ ਉਹਨੇ ਸ਼ਹਾਦਤ ਦਾ ਜਾਮ ਪੀਤਾ ਜ਼ਾਲਮਾਂ ਨੂੰ ਡੱਕ ਕੇ ਰੱਖਿਆ ਦੇਖੋ ਪਿਆਰ ਵਾਲਿਓ ਸਾਡਾ ਇਤਿਹਾਸ ਕਿੱਡਾ ਬਿਲਖਣ ਹੈ ਜਦੋਂ ਸਰਸਾ ਨਦੀ ਤੋਂ ਪਾਰ ਕੀਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਜੰਗ ਦੇ ਮੈਦਾਨ ਵਿੱਚ ਵੀ ਇੱਕ ਆਵਾਜ਼ ਮਾਰ ਕੇ ਗੱਲ ਕਹੀ ਸੀ ਕਹਿਣ ਲੱਗੇ ਗੁਰਸਿੱਖੋ ਆਸਾ ਕੀ ਵਾਰ ਦਾ ਵਕਤ ਹੋ ਗਿਆ ਨਲਦੀ ਨਾਲ ਆਸਾ ਕੀ ਵਾਰ ਦਾ ਪਾਠ ਵੀ ਕਰ ਲਿਓ ਚੇਤੇ ਰੱਖਿਓ ਜੰਗ ਵਿੱਚ ਵੀ ਬਾਣੀ ਨਹੀਂ ਭੁੱਲੀ ਅੱਜ ਆਪਣੇ ਮਨਾਂ 'ਚ ਸੋਚੀਏ ਜਦੋਂ ਸਾਡੀ ਖੁਆਰੀ ਦਾ ਕਾਰਨ ਹੀ ਇਹ ਹੈ ਹਰ ਬਿਸਰਤ ਸਦਾ ਖੁਆਰੀ ਜਾਂ ਕੋਤ ਕਹ ਕਹਾਂ ਬਿਆਪੈ ਜਾਂ ਕੋ ਉਟ ਤੋ ਹਰੀ ਜਾਂ ਜਿਨ੍ਹਾਂ ਦੇ ਕੋਲ ਬਾਣੀ ਦਾ ਖਜ਼ਾਨਾ ਹੈ ਚੇਤੇ ਰੱਖਿਓ ਜ਼ਿੰਦਗੀ ਦੇ ਅੰਦਰ ਕਦੇ ਖੁਆਰ ਨਹੀਂ ਹੁੰਦੇ ਔਖੀਆਂ ਸ਼ੌਕੀਆਂ ਘੜੀਆਂ ਆਉਂਦੀਆਂ ਨੇ ਗੁਰੂ ਸਾਹਿਬ ਨੇ ਉੱਥੇ ਵੀ ਦਾਤ ਬਖਸ਼ਿਸ਼ ਕੀਤੀ ਪਿਆਰ ਵਾਲਿਓ ਤੁਹਾਨੂੰ ਵੀ ਵਕਤ ਮਿਲਿਆ ਹੋਵੇਗਾ ਮੈਨੂੰ ਵੀ ਬਹੁਤ ਵਾਰੀ ਵਕਤ ਮਿਲਿਆ ਕਿਸੇ ਵੱਡੇ دیਵਾਨਾ ਚ ਕਿਸੇ ਮਾਂ ਦਾ ਬੱਚਾ ਕਿਸੇ ਬਾਪ ਦਾ ਪੁੱਤ ਉਹਦੇ ਤੋਂ ਵਿਛੜ ਜਾਏ ਹਾਲਾਂਕਿ ਪਤਾ ਹੁੰਦਾ ਇੱਥੇ ਜਾਲਮ ਨਹੀਂ ਹਾਲਾਂਕਿ ਪਤਾ ਹੁੰਦਾ ਇੱਥੇ جنگ ਨਹੀਂ ਹੋ ਰਿਆ ਹਾਲਾਂਕਿ ਪਤਾ ਹੁੰਦਾ ਹੈ ਦੀਵਾਨ ਵਿੱਚ ਇਲਾਕੇ ਦੀ ਉਹ ਸੰਗਤ ਆਈ ਹੁੰਦੀ ਹੈ ਫਿਰ ਵੀ ਉਸ ਬਾਪ ਨੂੰ ਤੜਫਦੇਆਂ ਵੇਖਿਓ ਸਟੇਜ ਤੇ ਆ ਕੇ ਵਾਰ-ਵਾਰ ਕਹਿੰਦਾ ਕਥਾ ਕੀਰਤਨ ਬੰਦ ਕਰ ਦਿਓ ਮੇਰੇ ਬੱਚੇ ਦੀ ਅਨਾਉਂਸਮੈਂਟ ਕਰੋ ਮੈਨੂੰ ਨਹੀਂ ਮਿਲਦਾ ਕੁਛ ਮੰਦੇ ਵਗਦੇ ਅਥਰੂਆਂ ਨੂੰ ਕਦੇ ਵੇਖਿਓ ਫਿਰ ਅਹਿਸਾਸ ਕਰਿਓ ਉਹ ਗੁਰੂ ਕਲਗੀਧਰ ਪਾਤਸ਼ਾਹ ਤੂੰ ਸਰਸਾ ਦੇ ਕਿਨਾਰੇ ਰੁੱਕ ਕੇ ਇਹ ਕਿਉਂ ਨਾ ਕਿਹਾ ਮੈਨੂੰ ਮੇਰਾ ਜੁਝਾਰ ਸਿੰਘ ਲੱਭ ਕੇ ਦਿਓ ਮੈਨੂੰ ਮੇਰਾ ਫਤਿਹ ਸਿੰਘ ਲੱਭ ਕੇ ਦਿਓ ਤੂੰ ਇਹ ਕਿਉਂ ਨਾ ਕਿਹਾ ਮੈਨੂੰ ਮੇਰੀ ਮਾਂ ਲੱਭ ਕੇ ਦਿਓ ਤੂੰ ਇਹ ਕਿਉਂ ਨਾ ਕਿਹਾ ਮੇਰਾ ਪਰਿਵਾਰ ਲੱਭ ਕੇ ਦਿਓ ਤੂੰ ਸਰਸਾ ਦੇ ਕਿਨਾਰੇ ਵੀ ਇਹ ਕਹਿੰਨੇ ਸਿੱਖੋ ਕਿਤੇ ਬਾਣੀ ਨਾ ਵਿਸਰ ਜਾਏ ਬਾਣੀ ਨੂੰ ਚੇਤਾ ਕਰ ਲਿਓ ਇੱਕ ਵਾਰੀ ਵੀ ਤੇਰੇ ਕਦਮ ਨਾ ਰੁਕੇ ਇੱਕ ਵਾਰੀ ਵੀ ਤੇਰੀ ਜ਼ੁਬਾਨ ਤੇ ਨਾ ਨਾ ਆਇਆ ਇੱਕ ਵਾਰੀ ਵੀ ਤੇਰੇ ਦਿਲ ਚੋਂ ਹੋਂਕਾ ਨਾ ਨਿਕਲਿਆ ਤੁਰ ਗਏ ਪਹਿਲਾਂ ਆਪਾਂ ਵੱਡਿਆਂ ਦੀ ਗੱਲ ਕਰਾਂਗੇ ਛੋਟੇ ਸਾਹਿਬਜ਼ਾਦਿਆਂ ਦੀ ਦਾਸ ਤਾਂ ਇੱਥੋਂ ਹੀ ਬਾਅਦ ਵਿੱਚ ਸਾਂਝੀ ਕਰਾਂਗੇ ਇੱਥੋਂ ਚੱਲ ਕੇ ਗੁਰੂ ਜੀ ਕੋਟਲਾ ਨਿਹੰਗ ਰੋਪੜ ਦੇ ਬਿਲਕੁਲ ਲੱਗੇ ਸਥਾਨ ਹੈ ਇੱਥੇ ਆਗੇ ਇਹ ਪਰਿਵਾਰ ਬੜੇ ਲੰਮੇ ਸਮੇਂ ਤੋਂ ਗੁਰੂ ਘਰ ਨਾਲ ਜੁੜਿਆ ਹੋਇਆ ਇਸ ਪਰਿਵਾਰ ਦੇ ਬਜ਼ੁਰਗ ਦਾ ਨਾਂ ਹੈ ਸੁਲਤਾਨ ਖਾਨ ਉਹਦੇ ਪੁੱਤ ਦਾ ਨਾਂ ਹੈ ਸੁਲੇਮਾਨ ਖਾਨ ਅੱਗੇ ਉਹਦੇ ਪੁੱਤ ਦਾ ਨਾਂ ਹੈ ਸ਼ਮਸ਼ ਖਾਨ ਇੱਥੇ ਰੁੱਕ ਕੇ ਇੱਕ ਬੇਨਤੀ ਕਰਨ ਲੱਗਾ ਸ਼ਮਸ਼ ਖਾਨ ਦੇ ਦੋ ਬੱਚੇ ਨੇ ਇੱਕ ਦਾ ਨਾਂ ਹੈ ਨੌਰੰਗ ਖਾਨ ਇੱਕ ਦਾ ਨਾਂ ਹੈ ਬੀਬੀ ਉਮਰੀ ਬੜੀ ਤਵੱਜੂ ਦੇ ਕੇ ਸਮਝਿਓ ਇਹੋ ਬੀਬੀ ਉਮਰੀ ਮਾਛੀ ਵੜੇ ਵਿਆਹੀ ਹੋਈ ਐ ਜਿਹਦੇ ਪੁੱਤ ਗਨੀ ਖਾਨ ਤੇ ਨਬੀ ਖਾਨ ਨੇ ਅੱਗੇ ਜਾ ਕੇ ਗੱਲ ਹੋਏਗੀ ਦੂਜੇ ਪਾਸੇ ਜਿਹੜਾ ਨੋਰੰਗ ਖਾਨ ਐ ਉਹ ਇਸ ਕੋਟਲੇ ਦਾ ਵਾਸੀ ਐ ਇਹਦਾ ਅੱਗੇ ਪੁੱਤ ਐ ਨਿਹੰਗ ਖਾਨ ਗੁਰੂ ਸਾਹਿਬਾਂ ਦੇ ਵੇਲੇ ਨਿਹੰਗ ਖਾਨ ਸੀ ਇਹ ਬੜੇ ਢੰਮੇ ਸਮੇਂ ਤੋਂ ਜੁੜੇ ਹੋਏ ਸਨ ਗੁਰੂ ਘਰ ਨਾਲ ਗੁਰੂ ਜੀ ਨਿਹੰਗ ਖਾਨ ਦੇ ਘਰ ਆ ਗਏ ਤੇ ਜਦੋਂ ਇੱਥੇ ਆਏ ਯਾਦ ਰੱਖਿਓ ਮੈਂ ਇੱਕ ਵਾਰੀ ਫੇਰ ਗੱਲ ਦੁਹਰਾ ਦਿਆਂ ਜਦੋਂ ਫੌਜ ਪਿੱਛਾ ਕਰਦੀ ਆਈ ਸੀ ਫਿਰ ਇੱਥੇ ਵਿਛੋੜਾ ਕਿਵੇਂ ਪੈ ਗਿਆ ਪਿੱਛਾ ਕਿਉਂ ਨਹੀਂ ਕੀਤਾ ਅਸਲ ਵਿੱਚ ਫੌਜ ਇੱਥੇ ਰੁਕ ਗਈ ਸੀ ਜਦੋਂ ਭਾਈ ਉਦੇਸ਼ ਸਿੰਘ ਸੀਟ ਹੁੰਦਾ ਦਿਨ ਚੜਦਾ ਤੇ ਉਦੇਸ਼ ਸਿੰਘ ਦਾ ਸੀਸ ਲੈ ਕੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨਾਲ ਉਹਦਾ ਚਿਹਰਾ ਬਹੁਤ ਮਿਲਦਾ ਸੀ ਉਹਨਾਂ ਨੂੰ ਲੱਗਿਆ ਭਈ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਤਾਂ ਸੀਟ ਕਰ ਲਿਆ ਹੁਣ ਅੱਗੇ ਕਾਦੇ ਲਈ ਜਾਣਾ ਉਸ ਬਾਅਦ ਵਿੱਚ ਪਤਾ ਲੱਗਿਆ ਪਈ ਇਹ ਅਸਲ ਵਿੱਚ ਉਹਦੇ ਸਿੰਘ ਦਾ ਸੀ ਸੇ ਗੁਰੂ ਗੋਬਿੰਦ ਸਿੰਘ ਦਾ ਨਹੀਂ ਫਿਰ ਦੁਬਾਰੇ ਪਿੱਛਾ ਕਰਦੀਆਂ ਨੇ ਫੌਜਾਂ ਤੇ ਜਦੋਂ ਪਿੱਛਾ ਕਰਦੀਆਂ ਨੇ ਉਹਨਾਂ ਨੂੰ ਸੂਹ ਕੱਢ ਕੇ ਨਿਹੰਗ ਖਾਂ ਦੇ ਘਰ ਆਉਂਦੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਹੰਗ ਖਾਂ ਨੂੰ ਆਖਿਆ ਕਹਿਣ ਲੱਗੇ ਭਲੇਆ ਤੇਰਾ ਬਹੁਤ ਪਿਆਰ ਹੈ ਤੇਰੀ ਪਿਆਰ ਦੀ ਅਸੀਂ ਕਦਰ ਕਰਨੇ ਪਰ ਮੈਂ ਕਿਸੇ ਦਾ ਘਰ ਨਹੀਂ ਉਜਾੜਨਾ ਚਾਹੁੰਦਾ ਮੈਂ ਚਲੇ ਜਾਣਾ ਰਾ ਵਿੱਚ ਮਲਕਪੁਰ ਰੰਗਣਾ ਉੱਥੇ ਚੱਖੀਆਂ ਦੇ ਲਾਗੇ ਉੱਥੇ ਭਾਈ ਬਚਿੱਤਰ ਸਿੰਘ ਨੇ ਟੱਕਰਾਂ ਕੀਤਾ ਸੀ ਸੂਰ ਸਿੰਘਾਂ ਦੇ ਸਮੇਤ ਉਹ ਕੱਲਾ ਚੱਕਮੀ ਹੋ ਗਿਆ ਸੀ ਬਾਕੀ ਸਾਰੇ ਸ਼ੀਡ ਹੋ ਗਏ ਸਨ ਬਾਬਾ ਅਜੀਤ ਸਿੰਘ ਉਹਨੂੰ ਚੁੱਕ ਕੇ ਕੋਟਲਾ ਨਿਹੰਗ ਲੈ ਆਏ ਸਨ ਸਾਬ ਨੇ ਆਖਿਆ ਬਚਿੱਤਰ ਸਿੰਘ ਨੂੰ ਇੱਥੇ ਛੱਡ ਚੱਲੇ ਆ ਏ ਕੋਣ ਅੱਗੇ ਘੋੜਸਵਾਰੀ ਕਰਨ ਦੇ ਕਾਬਲ ਨਹੀਂ ਹੈ ਸਤਗੁਰੂ ਉਥੋਂ ਸਿੰਘਾਂ ਦੇ ਸਮੇਤ ਚਲੇ ਗਏ ਤੇ ਬਚਿੱਤਰ ਸਿੰਘ ਨਿਹੰਗ ਖਾਂ ਦੇ ਘਰ ਹੈ ਚਾਰੇ ਪਾਸੇ ਟੋਖੇਰਾ ਪਾ ਲਿਆ ਨਿਹੰਗ ਖਾਂ ਨੂੰ ਕਹਿਣ ਲੱਗੇ ਵੀ ਤੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਆਇਸੀ ਉਹ ਕਹਿਣ ਲੱਗੇ ਨਹੀਂ ਭਲਿਓ ਤੁਹਾਨੂੰ ਭੁਲੇਖਾ ਹੈ ਗੁਰੂ ਤੇ ਸਦਾ ਹੀ ਮੇਰੇ ਦਿਲ ਚ ਰਹਿੰਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਤੇ ਸਦਾ ਹੀ ਘਰ ਚ ਰਹਿੰਦਾ ਹੈ ਕਹਿਣ ਲੱਗੇ ਨਹੀਂ ਅਸੀਂ ਤੇਰੇ ਘਰ ਦੀ ਤਲਾਸ਼ੀ ਲੈਣੀ ਤੇਰੀਆਂ ਗੱਲਾਂ ਤੇ ਨਹੀਂ ਆਉਣਾ ਉਹ ਕੰਡ ਅੱਗੇ ਜੀਤ ਸੱਤ ਕੇ ਘਰ ਦੀ ਤਲਾਸ਼ੀ ਲਓ ਪਰ ਇੱਕ ਕਮਰੇ ਨੂੰ ਨਾ ਛੇੜਿਓ ਇਹਦੇ ਚ ਮੇਰੇ ਧੀ ਤੇ ਜਵਾਈ ਪਏ ਨੇ ਖਿੱਦਾ ਸਿੰਘ ਕੋਵੇਗਾ ਨਿਹੰਗ ਖਾਂ ਦਾ ਨਿਹੰਗ ਖਾਂ ਦੀ ਬੇਟੀ ਦਾ ਨਾਮ ਹੈ ਮੁਮਤਾਜ ਅੱਜ ਆਪਣੀਆਂ ਜਵਾਨ ਬੱਚੀਆਂ ਨੂੰ ਸੁਣਾਈਏ ਗੱਲ ਮੁਮਤਾਜ ਉਹ ਬਚਿੱਤਰ ਸਿੰਘ ਦੇ ਉਹਨਾਂ ਜ਼ਖਮਾਂ ਨੂੰ ਉਹ ਸਾਫ ਕਰਕੇ ਉਸ ਵੇਲੇ ਹਲਦੀ ਤੇਲ ਹੋਇਆ ਕਰਦਾ ਸੀ ਉਹ ਲਾਰੀ ਸਾਰੇ ਘਰ ਦੀ ਤਲਾਸ਼ੀ ਲਈ ਹਾਕਮ ਨਾ ਮੰਨੇ ਕਹਿਣ ਲੱਗੇ ਨਹੀਂ ਅਸੀਂ ਤਾਂ ਇਸ ਕਮਰੇ ਨੂੰ ਵੀ ਦੇਖਣਾ ਹੈ ਜਦੋਂ ਥੋੜਾ ਜਿਹਾ ਬੁਹਾ ਖੋਲਿਆ ਉੱਥੇ ਇੱਕ ਜਵਾਨ ਬਿਸਟਰ ਤੇ ਪਿਆ ਤੇ ਦੋ ਜਵਾਨ ਬੱਚੀ ਕੋਲ ਖਲੁੱਤੀ ਹੈ ਜਦੋਂ ਇਹ ਹਾਲਾਤ ਵੇਖੇ ਉਹਨਾਂ ਦਰਵਾਜ਼ਾ ਬੰਦ ਕਰ ਦਿੱਤਾ ਕਹਿਣ ਲੱਗੇ ਮਾਫ ਕਰਨਾ ਉਹਤੇ ਕੇ ਕੇ ਚਲੇ ਗਏ ਮੁਮਤਾਜ ਇਲਾਜ ਕਰਦੀ ਹੈ ਪਰ ਫਿਰ ਵੀ ਭਾਈ ਬਚਿੱਤਰ ਸਿੰਘ ਜ਼ਖਮੀ ਇੰਨੇ ਜ਼ਿਆਦਾ ਹੋ ਗਏ ਸੀ ਉਹ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਚੜਾਈ ਕਰ ਗਏ ਉਹਦਾ ਸੰਸਕਾਰ ਸਰਦਾਰ ਗਰਸ਼ਾ ਸਿੰਘ ਸਰਦਾਰ ਬੱਗਾ ਸਿੰਘ ਇਹ ਦੋਵੇਂ ਤਰਖਾਨ ਪ੍ਰਾਦਰੀ ਵਿੱਚੋਂ ਸਨ ਇਹਨਾਂ ਨੇ ਨਾਲ ਰਲ ਕੇ ਨਿਹੰਗ ਖਾਂ ਮੁਮਤਾਜ ਇਹ ਸਾਰੇ ਇਕੱਠੇ ਸੰਸਕਾਰ ਕਰ ਆਏ ਪਾਈ ਬਚਿੱਤਰ ਸਿੰਘ ਦਾ ਜਦੋਂ ਸਸਕਾਰ ਕਰਕੇ ਆਏ ਜਿਸ ਥਾਂ ਤੇ ਪਾਈ ਬਚਿੱਤਰ ਸਿੰਘ ਦਾ ਇਲਾਜ ਕਰ ਰਹੀ ਸੀ ਮਮਤਾਜ ਉੱਥੇ ਬੈਠ ਕੇ ਫੁੱਟ ਫੁੱਟ ਕੇ ਰੋਈ ਬਹੁਤ ਰੋਈ ਜਦੋਂ ਅਥਾਰੋਂਦੀ ਨੂੰ ਵੇਖਿਆ ਨਿਹੰਗ ਖਾਂ ਕੋਲ ਆ ਗਿਆ ਚੰਦ ਅਥਰੂ ਨਿਹੰਗ ਖਾਂ ਦੀ ਅੱਖਾਂ ਤੋਂ ਵੀ ਡੁੱਲੇ ਫਿਰ ਵੀ ਧੀ ਨੂੰ ਸੀਨੇ ਲਾ ਕੇ ਕਹਿਣ ਲੱਗਾ ਧੀਏ ਤੇਰੀ ਸੇਵਾ ਗੁਰੂ ਨੇ ਪ੍ਰਵਾਨ ਕਰ ਲਈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਤੂੰ ਬੜਾ ਚਿਤ ਲਾ ਕੇ ਸੇਵਾ ਕੀਤੀ ਸੀ ਤੇਰੀ ਤਾਂ ਸੇਵਾ ਗੁਰੂ ਨੇ ਸਫਲ ਕਰ ਲਈ ਪਰ ਤੂੰ ਇੰਨਾ ਨਾ ਰੋ ਭਾਈ ਬਚਿੱਤਰ ਸਿੰਘ ਸ਼ਹੀਦ ਹੋਇਆ ਸ਼ਹੀਦਾਂ ਨੂੰ ਪਲੀਏ ਇੰਨਾ ਨਹੀਂ ਰੋਈਦਾ ਹੁੰਦਾ ਉਹ ਗੁਰੂ ਘਰ ਗਏ ਨੇ ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗਰਹ ਜਾਏ ਰੋਬੋ ਸਾਖਤ ਵਾਪਰੇ ਜੋ ਹਟੇ ਹਟ ਬਕਾਏ ਉਹਨਾਂ ਲਈ ਨਹੀਂ ਰੋਈਦਾ ਮਮਤਾ ਜੀ ਨੇ ਅੱਖਾਂ ਪੁੰਝ ਲਈਆਂ ਕਹਿਣ ਲੱਗੀ ਅੱਬਾ ਮੈਂ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਰੋਂਦੀ ਫੁੱਤ ਫਿਰ ਕਿਸ ਗੱਲ ਨੂੰ ਰੋਣੀ ਹੈ ਇੰਨਾ ਫੁੱਟ ਫੁੱਟ ਕੇ ਰੋਣੀ ਫਿਰ ਕਿਹੜੀ ਗੱਲ ਨੂੰ ਰੋਣੀ ਹੈ ਕਹਿਣ ਲੱਗੀ ਅੱਬਾ ਮੈਂ ਉਹਦੇ ਸਰੀਰ ਨੂੰ ਟੱਚ ਕੀਤਾ ਮੈਂ ਉਹਦੇ ਸਰੀਰ ਨੂੰ ਛੂਇਆ ਪਰ ਮੇਰਾ ਮਨ ਬੇਈਮਾਨ ਨਹੀਂ ਹੋਇਆ ਅੱਬਾ ਮੈਂ ਤੈਨੂੰ ਇੱਕ ਬੇਨਤੀ ਕਰਨੀ ਹੈ ਅੱਬਾ ਤੇਰੇ ਬੋਲ ਮੇਰੇ ਕੰਨਾਂ 'ਚ ਪੈ ਸੀ ਤੂੰ ਕਹਿ ਰਿਹਾ ਸੀ ਇਸ ਕਮਰੇ 'ਚ ਮੇਰੇ ਧੀ ਤੇ ਜਵਾਈ ਨੇ ਉਹ ਮੈਨੂੰ ਪਹਿਲਾਂ ਯਾਦ ਰੱਖਿਓ ਮੁਮਤਾਜ ਬਸੀ ਪਠਾਣਾ ਫਤੇਗੜ ਸਾਹਿਬ ਦੇ ਲਾਗੇ ਕਿਸੇ ਪਠਾਨ ਨੂੰ ਮੰਗੀ ਹੋਈ ਸੀ ਕਹਿਣ ਲੱਗੀ ਉਹ ਅੱਬਾ ਅੱਜ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਏ ਮੈਂ ਮਨ ਮੇੜਾ ਨਹੀਂ ਸੀ ਕੀਤਾ ਪਰ ਤੇਰੇ ਬੋਲ ਮੇਰੇ ਕੰਨਾਂ 'ਚ ਪੈਸਣ ਇਸ ਕਮਰੇ 'ਚ ਮੇਰੇ ਧੀ ਤੇ ਜਵਾਈ ਨੇ ਉਹ ਮੈਨੂੰ ਐਡੇ ਵੱਡੇ ਸ਼ਹੀਦ ਦੀ ਪਤਨੀ ਬਣਾਉਣ ਵਾਲਿਆ ਮੈਨੂੰ ਐਡੇ ਵੱਡੇ ਮਹਾਨ ਵਿਰਸੇ ਨਾਲ ਜੋੜਨ ਵਾਲਿਆ ਹੁਣ ਮੈਂ ਤੇਰੇ ਅੱਗੇ ਹੱਥ ਜੋੜਦੀ ਏ ਮੈਨੂੰ ਉਸੇ ਦੀ ਪਤਨੀ ਰਹਿਣ ਦੇ ਮੈਨੂੰ ਹੁਣ ਕਿਸੇ ਹੋਰ ਨਾਲ ਨਾ ਵਿਆਹੀ ਅੱਬਾ ਮੈਂ ਤੇਰੇ ਨਾਲ ਵਾਦਾ ਕਰਨੀ ਏ ਨਿਹੰਗ ਖਾ ਕਹਿਣ ਲੱਗਿਆ ਤੀਏ ਤੂੰ ਬੱਠੀ ਐ ਪਹਾੜ ਵਰਗੀ ਜ਼ਿੰਦਗੀ ਐ ਵਕਾਰਾਂ ਚ ਬੜੀ ਤਾਕਤ ਹੁੰਦੀ ਐ ਜੀਵਨ ਨੂੰ ਅਜਿਹੇ ਦਾਗ ਲਾ ਦਿੰਦੇ ਨੇ ਜਿਹੜੇ ਮੁੜ ਕੇ ਉੱਤਰਦੇ ਨਹੀਂ ਉੱਠ ਕੇ ਖਲੋਗੀ ਕਹਿਣ ਲੱਗੀ ਅੱਬਾ ਮੈਂ ਤੇਰੇ ਨਾਲ ਵਾਦਾ ਕਰਨੀ ਐ ਮੇਰੇ ਵੱਲ ਨਾ ਵੇਖੀਓ ਗੁਰੂ ਕਲਗੀਆਂ ਬੜੇ ਵੱਲ ਵੇਖੀ ਮੈਂ ਤੇਰੇ ਨਾਲ ਵਾਦਾ ਕਰਨੀ ਐ ਮੈਂ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ ਮੈਂ ਭਾਈ ਬਚਿੱਤਰ ਸਿੰਘ ਦੀ ਪੱਗ ਨੂੰ ਅੱਬਾ ਤੇਰੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦੇਾਂਗੀ ਮੈਂ ਵਾਦਾ ਕਰਨੀ ਐ ਮੇਰੇ ਤੇ ਭਰੋਸਾ ਨਾ ਕਰੀ ਗੁਰੂ ਤੇ ਭਰੋਸਾ ਕਰਿਓ ਜਿਹੜਾ ਰੱਖ ਲੈਂਦਾ ਆਪਣੇ ਨੂੰ ਆਪਣੇ ਜਾਣ ਕੇ मैं अरदास करूंगी तुमरी शरण तुम्हारी यासा तुमकी सजन सहेले राखो राखन हार दयाला नानक करके गोले मैं बेंतियां करंगी गुरु लाजपत रखेगा गुरु पूरै मेरी राख लई अमृत नाम रिजे मैं जीनो जन्म जन्म की मैल गई निहंग खन इकुट के सीने न लाया ये आज मेरा सिर ऊंचा हो गया मैं वादा करने ਤੇ ਨਾ ਵੇਰ ਨਹੀਂ ਕਰਾਂਗਾ ਯਾਦ ਰੱਖਿਓ ਮਮਤਾਜ ਨੇ ਸੁਮੁੱਚੀ ਜ਼ਿੰਦਗੀ ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਕੱਟ ਦਿੱਤੀ ਸੀ ਅੱਜ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਪੰਨੇ ਸੁਣਾਈਏ ਅਗਲੀ ਲੜੀ ਆਉਣ ਵਾਲੇ ਸਮੇਂ ਚ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ